بالساعة على البيت ويطهركم تطهيرا. پورے ملک دے عزاداراں دی صحت و سلامتی واسطے صلوات پڑھو. جس جس بندے دا دل ہے عزاداری دے وارث امام دا ظہور جلدی ہو جائے صلوات بلند آواز بلند. ذکر پاک کا صدقہ اے عزاداری کریمِ کربلا میرے امام دے ظہور تک اللہ اس بار رہ جاری و ساری سادات عزام میں جڑے وسدران بد نظرت و مولا محفوظ فرماوے. ملیکت العرب آقا زادی دے دستر خان تو پاک محمد انہ دی خاص امداد فرمائے. تو سجدنے عزادار تشریف فرماؤ یا جڑے سجدہ ذکر پیش کر کے چلے گئے مولا تو انہوں کی صدا محتاج نہ کر. یہ جڑا وقت سارے بارگاہ وچ حاضر ہو یہ وقت امام حسین بادشاہ دا پسندیدہ وقت ہے. آج دے دن تک کوئی عالم کوئی فاضل کوئی آیت اللہ کوئی مجتہد کوئی ذاکر کوئی تاریخ دی کتاب ایک گل دا فیصلہ نہیں کر سکے آج دے دن تک نہیں کر سکے جو شہزادہ علی اکبر نال امام حسین نو زیادہ پیار ہے یا پاک حسین نو زیادہ پیار ہے. میں لکھ بشکر امام حسین زیادہ پیارا یا شریکت الحسین زیادہ پیارا. میرے بزرگو میرے عزیزو میرے نوجوان بھائیو نہایت ہی لائک احترام صلوات المومنین امام حسین بادشاہ خود فرمایا میں اتنی دیر تک فجر دی نماز نہیں پڑھدا جتنی دیر تک اکبر دی زیارت نہیں کرتا. اس ویلے تہاڈا انج گریا کرنا تہاڈا یہ رونا ایک خاص انعام ہے فاتح شام سیدادا. بچپن تو اسی ایک ذاکری تو جملہ سن لے آ رہے ہیں بھائی انج بندے اپنے آپ نہیں روندے اس ٹائم پہ لوگ تھک کے سو جاتے ہیں. مینو اس ویلے کی قسم ہے ساڈا اپنا ہے ہی صرف حسین ساڈا اپنا ہے ہی حسین. آخری دو نوکریاں رہ گئی ہیں نماز عشق دے دو سجدے باقی رہ گئے ہیں. میرے تو بعد میرے ملک کا بہت پیارا نام جناب سید پیر آبر قاسم ربانی شاہ صاحب
ਮੌਲਾ ਪੁੱਤਰਾਂ ਨਾਲ ਸਾਬਤ ਕਰ, ਸਾਨੂੰ ਤੰਦਰੁਸਤੀ ਦੇਵੇ। ਜਿਸ ਜਿਸ ਅਜ਼ਾਦਾਰ ਇਸ ਫੂੜੀ ਨੂੰ ਸੁਹਾਇਆ ਪਾਕ ਸੈਦ ਅਜ਼ੀਮ, ਮੈਂ ਉਤਨੀ ਦੇਰ ਤੱਕ ਫਜਰ ਦੀ ਨਮਾਜ਼ ਨਹੀਂ ਪੜ੍ਹਦਾ ਜਿਤਨੀ ਦੇਰ ਤੱਕ ਪੁੱਤਰ ਦੀ, ਨੌਜਵਾਨ ਬੋਲੋ ਮੇਰੇ ਨਾਲ, ਜਿਤਨੀ ਦੇਰ ਤੱਕ ਅਕਬਰ ਦੀ ਜ਼ਿਆਰਤ ਨਹੀਂ ਕਰ ਲੈਂਦਾ ਦੁੱਖ ਲਵਾਏਗਾ ਉਹ ਅਜ਼ਾਦਾਰ ਜਿਹਨੂੰ ਸਾਰੀ ਰਾਤ ਇਮਾਮ ਕੋਟ ਵਿੱਚ ਬਹਿ ਕੇ ਰੋਂਦਿਆ ਗੁਜ਼ਰ ਗਈ ਤੇ ਲਫ਼ਜ਼ ਜ਼ਾਇਆ ਕੀਤਾ। ਪੀਰ ਫਕਰ ਸ਼ਾਹ ਜੀ, ਪੀਰ ਜਾਨ ਸ਼ਾਹ ਜੀ, ਅਲਵੇ ਅੱਬਾਸ ਦੀ ਕਸਮ, ਅੱਗੇ ਹੁਸੈਨ ਫਰਮੈਂਦੇ ਨੇ ਮੈਂ ਜਦੋਂ ਹੀ ਅਕਬਰ ਨੂੰ ਵੇਖਣ ਗਿਆ ਮੇਰੇ ਤੋਂ ਪਹਿਲੇ ਮੇਰੀ ਭੈਣ ਮੌਜੂਦ ਹੈ। ਅਲੀ ਅਕਬਰ ਦੀ ਅੰਮਾ ਲੈਲਾ
ਇਹਨਾਂ ਦੇ ਹਯਾਵਾਂ ਨੇ ਅਲੀ ਅਕਬਰ ਦਾ ਸਰ ਹੁਸੈਨ ਦੇ ਸੀਨੇ ਤੇ ਰੱਖ ਕੇ ਲੜਿਆ ਸਾਹਮਣੇ ਪੁੱਤਰ ਦਾ ਸਰ ਮੇਲੇ ਤੇ ਚਾੜ ਕੇ ਆਦਾ ਇਹੋ ਅਕਬਰ ਹਈ ਜਾਂਦੀ ਸ਼ਾਦੀ ਕਰਨੀ ਹਈ ਕੀ ਫਾਇਦਾ ਉਸ ਬੰਦੇ ਨੂੰ ਜਿਹੜਾ ਸ਼ੀਆ ਤੇ ਜਿਹੜਾ ਹੱਥ ਸੀਨੇ ਤੇ ਨਹੀਂ ਆਇਆ ਜ਼ਿੰਦਗੀਆਂ ਖਤਮ ਹੋ ਗਈਆਂ ਮਰ ਗਏ ਲੋਕ ਚਲੀ ਗਈ ਦੁਨੀਆ ਮਨੇ ਮੇਰੇ ਮੌਲਾ ਦੀ ਇਹ ਮਜ਼ਮੂਨ ਜ਼ਿਆਦਾ ਨਾ ਮਨੇ ਚਾਰ ਕਬਰਾਂ ਤੇ ਚਾਰ ਮਜ਼ਮੂਨ ਪੜਨੇ ਸਖਤ ਮਨਨ ਸ਼ਾਮ ਆਈ ਮੌਜਜ਼ਾ ਅਲੀ ਦੀ ਦੇਦਾ ਨਾ ਮੈਂ ਕੋ ਪੱਥਰ ਪੜਿਆ ਨਾ ਤੀਰ ਤਲਵਾਰ ਲੇਦਾ ਮੇਰੇ ਮੂੰਹ ਚੋਂ ਨਿਕਲਿਆ ਸ਼ਾਨ ਅਜ਼ਾਦ ਦੇ ਜਿਗਰ ਚ ਹੱਥ ਪੈ ਗਏ ਸ਼ਾਮ ਜਾ ਕੇ ਅਲੀ ਦੀ ਧੀ ਦੀ ਕਬਰ ਤੇ ਜਨਾਬੇ ਅਬਾਸ ਦੀ ਚੁੱਪ ਪੜਨੀ ਮਨਾਇਆ ਕਰਬਲਾ ਜਾ ਕੇ ਜਨਾਬੇ ਅਬਾਸ ਦੀ ਕਬਰ ਤੇ ਹੁਸੈਨ ਦੀ ਧੀ ਦੀ ਪਿਆਸ ਪੜਨੀ ਮਨਾਇਆ ਕਰਬਲਾ ਜਾ ਕੇ ਹੁਸੈਨ ਬਾਦਸ਼ਾਹ ਦੀ ਕਬਰ ਤੇ ਅਲੀ ਅਕਬਰ ਦੀ ਮਰਜ਼ੀ ਪੜਨੀ ਮਨਾਇਆ ਬੜਾ ਆਦਮੀਆਂ ਵਾਸਤੇ ਜੁਮਲਾ ਨਜਫ ਜਾ ਕੇ ਅਲੀ ਬਾਦਸ਼ਾਹ ਦੀ ਕਬਰ ਤੇ ਔਰ ਤੇ ਮੁਹੰਮਦ ਦੀ ਮਾਂ ਦੀ ਕਹਿਰ ਕੋਈ ਬੰਦਾ ਅਲੀ ਬਾਦਸ਼ਾਹ ਦੀ ਕਬਰ ਤੇ ਖਲੋ ਕੇ ਨਾ ਪੜੇ ਚਾਦਰ ਕੋਈ ਨਹੀਂ ਤੇ ਰੁਸੀ ਬਸ ਹੋ ਗਈ ਤਿਆਰੀ ਦੋ ਜੁਮਲੇ ਮੇਰੇ ਮਾਲਕ ਜਾਣਦੇ ਨੇ ਮੈਂ ਢਾਈ ਤਰੇ ਘੰਟੇ ਵੀ ਇਹ ਮਜ਼ਮੂਨ ਪੜ੍ਹਦਾ ਰਹਾਂ ਨਹੀਂ ਮੁੱਕ ਸਕਦਾ ਬੜਾ ਪਿਆਰਾ ਹਾਂ ਹੁਸੈਨ ਨੂੰ ਬੜਾ ਪਿਆਰਾ ਅਕਬਰ ਮੇਰੇ ਮੂੰਹ ਚੋਂ ਨਿਕਲਿਆ ਮੁਹਰਮ ਵਿੱਚ ਮੈਂ ਜਿੱਥੇ ਜਿੱਥੇ ਲਫ਼ਜ਼ ਪੜ੍ਹਿਆ ਡੇਢ ਦੋ ਮਿੰਟ ਮੈਂ ਖਾਮੋਸ਼ ਰਿਹਾ ਡੇਢ ਦੋ ਮਿੰਟ ਹੁਸੈਨ ਬਾਦਸ਼ਾਹ ਨਾ ਜਦੋਂ ਪੁੱਤਰ ਨੂੰ ਘੋੜੇ ਤੇ ਸਵਾਰ ਕੀਤਾ ਤੇ ਇੰਜ ਵਾਗ ਲੱਭੀ ਹੁਸੈਨ ਬਾਦਸ਼ਾਹ ਨੇ ਅਲੀ ਅਕਬਰ ਦਾ ਮੂੰਹ ਵੇਖਿਆ ਪੁੱਤਰ ਦਾ ਮੂੰਹ ਵੇਖਣ ਤੋਂ ਬਾਅਦ ਹੁਸੈਨ 9 ਲੱਖ ਖੜੇ ਫਸ ਅਥੋਰ ਜਵਾਨੀ ਮਾਰੇ ਸ਼ਾਲਾ ਪੁੱਤਰਾਂ ਦੇ ਜ਼ਿੰਦਗੀ ਪੁੱਤਰ ਦਾ ਮੂੰਹ ਵੇਖਣ ਤੋਂ ਬਾਅਦ 9 ਲੱਖ ਵਾਲੇ ਪਾਸੇ ਦਿੱਤਾ ਵੱਧ ਅਕਬਰ ਦਾ ਚਿਹਰਾ ਵੱਧ 9 ਲੱਖ ਵੱਧ ਪੁੱਤਰ ਦਾ ਮੂੰਹ ਵੱਧ 9 ਲੱਖ ਅਕਬਰ ਦੇ ਬਾਬਾ ਕਿ ਮੇਰਾ ਮੂੰਹ ਵੇਖਣ ਤੋਂ ਬਾਅਦ 9 ਲੱਖ ਵਾਲੇ ਪਾਸੇ ਵੇਖਦੇ ਹੋ ਤੇ ਕੋਈ ਗੱਲ ਸੋਚਦੇ ਹੋ ਬੀਬੀ ਮੇਰੀ ਮਦਦ ਕਰਿਆ ਬਾਬਾ ਕੀ ਸੋਚਦੇ ਹੋ ਹੁਸੈਨ ਆਜ਼ਮ ਅਕਬਰ ਮੈਂ ਸੋਚਦਾ ਇੱਕੋ ਗੱਲ ਪਿਆ ਤੈਨੂੰ ਕਤਲ ਕਰਨ ਤੋਂ ਬਾਅਦ ਇਹ ਕਿਹੜੇ ਮੂੰਹ ਨਾਲ ਆਖਣਗੇ ਅੱਲਾਹ ਸੂਰਜਮੁਖੀ
ਜਿਵੇਂ ਸੂਰਜ ਨਿਕਲਦਾ ਹੈ ਸੂਰਜ ਚੁਣਦਾ ਹੈ ਨਾਲ ਨਾਲ ਕਰਦਾ ਹੈ ਇਸ ਲਈ ਦਾਦਾ ਫਜਰ ਦਾ ਟਾਈਮ ਹੈ ਲੈ ਆ ਮਸਜਿਦ ਚ ਕੁਰਾਨ ਤੇ ਰੱਖ ਮੇਰੇ ਸਰ ਤੇ ਕਰਬਲਾ ਤੋਂ ਲੈ ਕੇ ਸ਼ਾਮ ਤੱਕ ਅਲੀ ਅਕਬਰ ਦਾ ਕਾਤਲ ਅਲੀ ਅਕਬਰ ਦੇ ਸਰ ਵਾਲੀ ਸਾਧ ਜਾ ਕੇ ਜਿਹੜੇ ਜਿਹੜੇ ਪਾਸੇ ਚੁੜਦਾ ਹੁਸੈਨ ਦਾ ਸਰ ਸਾਧ ਦੇ ਮੁੜ ਮੁੜ ਕੇ ਪੁੱਤਰ ਦੇ ਪਾਸੇ ਰਹਿਦਾ ਹੁਸੈਨ ਸਾਧ ਦੇ ਮੈਣ ਕਰਕੇ ਆਉਂਦਾ ਕਿਵੇਂ ਲੱਥਾ ਆਵੇ ਉਹ ਮੇਰਾ ਬਾਦ ਦੀ ਸ਼ਕਲ ਮਰਹਬਾ ਅੰਮਾ ਇਜਾਜ਼ਤ ਹੈ ਮੈਂ
پیچھے رہ گیا. اما میں جاننا میری بہن والی ماں بی بی علی اکبر تیرے پیو نو پتا لگا تیرا بابا ناراض ہو سی. اکبر آج اما آج میں وعدہ کرتا میرا بابا ناراض نہ ہو سی. اٹھ پار ہو گئے دل سن دیا جتا اجے حد سینے تے نہیں آیا. بی بی علی اکبر کیڑی زمانت ای اکبر آج اما میرا چاچا عباس زمانے چنی جو ہے شالیا میری سین کھلا قرآن ہتھاں دے چایا اکر مار کے بی بی علی اللہ شالا عباس دے پتراں دی حیاتی کوشش کی تھی جو میں کالین تے بابا بابا جی دیوانہ صاحب بڑی زندگی گزر گئی دعا چھوڑا کرتا کرنا دعا واسطے بی بی دا واسطہ ایتھے بیٹھ کے سنی رہنا. کوشش کی تھی کالین تے بابا نہیں اکبر آ میری جوڑی چ پو اما جھولیا بچیاں واسطے میرے پاس لے پئی بی بی آدے اکبر اج میرے واسطے دس محرم نہیں دس شعبان ہے. علی اکبر ماں دی جھولی چ بیٹھے پتر دے ہاتھ چومے داڑھی چومی ਮੱਥਾ ਚੁੰਮਿਆ. ਅਕਬਰ ਮੈਂ ਪੁੱਛ ਸਕਦੀ ਆ ਕਿਵੇਂ ਆਏ ਅੰਮਾ ਮੈਂ ਕੁਝ ਮੰਗਣਾ ਜਿਤਨੇ ਦਾ ਨਾਰ ਇੱਕ ਗੱਲ ਦੇ ਵਿੱਚ ਰੱਖਿਆ ਜ਼ਿੰਦਗੀ ਵਿੱਚ ਪਹਿਲੀ ਵਾਰੀ ਮੰਗਣਾ ਹੈ. ਬੀਬੀ ਆਲੀ ਅਕਬਰ ਮੈਂ ਪੁੱਛ ਸਕਦੀ ਆ ਅੱਜ ਮਾਂ ਕੋਲ ਕਿਵੇਂ ਆਏ ਅੰਮਾ ਮੈਂ ਕੁਝ ਮੰਗਣਾ ਆ ਪੁੱਤਰ ਦੀ ਦਾੜੀ ਥੱਲੇ ਹੱਥ ਰੱਖ ਕੇ ਬੀਬੀ ਆਲੀ ਸਿਰ ਉੱਚਾ ਕਰਕੇ ਮੰਗ ਮੈਂ ਹਾਜ਼ਰਾ ਨਹੀਂ ਮਾਂ ਦੀ ਝੋਲੀ ਚ ਉੱਠ ਬੈਠਾ ਹੱਕਰ ਮਾਰ ਗਿਆ ਦਾ ਅੰਮਾ ਮੈਂ ਮੌਤ ਦੀ ਇਜਾਜ਼ਤ ਮੰਗਣ ਆਇਆ. ਇੱਕ ਸੱਤਰ ਬੜਾ ਚਾਰ ਛੇ ਸੱਤ ਸਾਲ ਪਹਿਲੇ ਬਦਮ ਅਲੀ ਇਹ ਸੱਤਰ ਮੈਂ ਪੜ੍ਹੀ ਹੈ. فاتح شام نے خیرات بکری ایک دعا سے نیت رکھا کہ منگیا دنیا بہت زیادہ کر ماں تو کی منگیا موت کی اجازت. بی بی آل اکبر ایک واری سوال پھر کر اما موت کی اجازت. بی بی آل اکبر ایک واری فاتح منگ اکبر میری ضعیفی ویخ اپنی جوانی ویخ میرا رشتہ ویخ اپنا سوال ویخ. پار بی بی میری امداد فرما ہے ہاتھ کھول بے جوانی مانے ہاتھ کھول حسین علی اکبر دا وینے میری اما با بھینہ مرشدانی ہے تو آٹے حصے جی سکتا ہے پتر مار پیا دے میں موت دی اجازت منگنا ہے. مصلے تو اٹھیے علی اکبر دی اما پتر دی داڑھی چوم کے بی بی آ دیے نہیں موت منگی لی ماوا تو تے مصلحہ دا پتر جوانے اج مدت پچھو من ماس دے غازی دا سہرا بد کوئی شاید چاہیے بی بی
ਜੋੜਾ ਮਰ ਜਾਵਾਂ ਮੈਂ ਲਫ਼ਜ਼ ਨਾ ਪੜਾ ਬੀਬੀਆਂ ਦਾ ਅਕਬਰ ਆਦਰ ਪਿਓ ਦਾ ਪੁੱਤਰ ਏ ਪੂਰਾ ਸੰਦੂਕ ਖੋਲ ਕੇ ਵੇਖ ਮੈਂ ਕਫ਼ਨ ਲੈ ਕੇ ਕੋਈ ਨਹੀਂ ਆਈ ਬੀਬੀਆਂ ਦੇ ਅਕਬਰ ਮੈਂ ਤੇਰੀ ਸ਼ਾਦੀ ਦੀਆਂ ਮੰਗਦਾ
بیبی در اولادی قسم اترائے علانا شیعہ قبرت نہیں بھول سکتے پہلی علان علی رمضان دوجی علان ایو علی اکبر دی علان میرا علی اکبر دی عزت قسم پہلی دوے علانا سوکھیان تریجی علان او آئی جب سجاد دی دیئے سنے آئے خیمہ دی خاک دکھلو